ਚਿਰਾਗ ਬੁਝਿਆ ਅੰਦਾਜ਼ਾ ਲਾ ਕੇ ਦੇਖੋ ਉਸ ਪਰਿਵਾਰ ਦੇ ਤੁਹਾਡਾ ਆਹ ਸਾਰਾ ਰੌਲਾ ਇੱਥੇ ਬੈਠਾ ਪਰਿਵਾਰ ਇਹ ਸੁਣਦਾ ਹੋਊਗਾ ਵੀ ਇਹ ਇਹੋ ਜਿਹੇ ਬੰਦੇ ਨੇ ਇਹਨਾਂ ਨੂੰ ਕੋਈ ਪਰਵਾਹ ਨੀ ਸਾਡੇ ਬੰਦੇ ਦੇ ਮਰੇ ਦੀ ਸਾਡੇ ਜਵਾਕ ਮਰੇ ਦੀ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਮਿਹਨਤ ਕਰਦਾ ਤੁਹਾਨੂੰ ਇਹ ਦੇਖੋ ਬਹਿਣ ਦਾ ਬਲ ਸੀ ਆਪਾਂ ਕੋਈ ਫਰਕ ਨੀ ਪੈਂਦਾ ਬਹਿ ਜਾਓ ਕਿੜਕਾ ਬਹਿ ਜਾਓ ਥੱਲੇ ਬੈਠ ਜਾਓ ਸ਼ਾਬਾਸ਼ ਬਹਿ ਜਾਓ ਬਹਿ ਜਾਓ ਬਹਿ ਜਾਓ ਬੈਠੋ ਜੀ ਤੁਸੀਂ ਪ੍ਰਧਾਨ ਜੀ ਕੀੜੇ ਦਾ ਦਿਲਜੀਤ ਦੇ ਬੰਦਿਆਂ ਨੂੰ ਵਿਕਣ ਬੈਠੋ ਪਲੀਜ਼ ਬਿਠਾਓ ਸਾਰਿਆਂ ਨੂੰ ਚਲੋ ਇੱਕ ਦੋਸਤ ਗੱਲ ਇਹ ਆ ਅਸੀਂ ਅੱਜ ਤੁਹਾਡੇ ਵਿੱਚ ਉਹ ਪਰਿਵਾਰ ਆਇਆ ਜਿਨ੍ਹਾਂ ਦਾ ਬੱਚਾ ਗਿਆ ਆਪਣਾ ਸਾਰਿਆਂ ਦਾ ਫਰਕ ਬਣਦਾ ਉਹਦੇ ਕੋਲੇ ਬੈਠ ਕੇ ਬੇਟੇ ਬੋਲਣ ਦੀ ਹਿੰਮਤੀ ਆਪਣਾ ਸਾਰਿਆਂ ਦਾ ਵੈਸੇ ਹੀ ਫਰਜ਼ ਬਣਦਾ ਇਸ ਘੜੀ ਚ ਉਸ ਬਾਪ ਦੇ ਨਾਲ ਉਸ ਪਰਿਵਾਰ ਦੇ ਨਾਲ ਆਪਾਂ ਦੁਖਸਾਂ ਦਾ ਕਰਨਾ ਬਣਦਾ ਕਿ ਨਹੀਂ ਬਣਦਾ ਕਿਉਂਕਿ ਦੋਸਤੋ ਸਾਡੀ ਸਰਕਾਰ ਦੇ ਨਾਲ ਕੱਲ ਤੋਂ ਉੱਥੇ ਇਸ ਨੌਜਵਾਨ ਨੂੰ ਲੈ ਕੇ ਅਸੀਂ ਇਹ ਮੰਗ ਕੀਤੀ ਹੈ ਇਸ ਨੌਜਵਾਨ ਨੂੰ ਜਿਵੇਂ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਕਿ ਜੈ ਜਵਾਨ ਜੈ ਕਿਸਾਨ ਜੇ ਕਿਸਾਨ ਨੇ ਸਰਹੱਦ ਤੇ ਨੌਜਵਾਨ ਨੇ ਜਵਾਨ ਨੇ ਸਰਹੱਦ ਤੇ ਪਹਿਰਾ ਦੇ ਕੇ ਦੇਸ਼ ਦੀ ਪ੍ਰਭੂ ਸੱਤਾ ਨੂੰ ਬਚਾ ਕੇ ਰੱਖਿਆ ਤਾਂ ਦੂਜੇ ਪਾਸੇ ਆ ਕਿਸਾਨ ਤੇ ਕਿਸਾਨ ਦੇ ਬੱਚੇ ਨੇ ਫੂਡ ਸਿਕਿਉਰਿਟੀ ਦੀ ਸੁਰੱਖਿਆ ਕੀਤੀ ਆ ਉਹ ਦਿਨ ਦੂਰ ਨੀ ਬਹੁਤੇ ਅਸੀਂ ਕਹੀਏ ਬਹੁਤ ਲੰਬਾ ਸਮਾਂ ਹੋ ਗਿਆ ਬਹੁਤਿਆਂ ਨੇ ਉਹ ਕਣਕਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੀ ਰੋਟੀ ਨਹੀਂ ਸੀ ਪੱਕਦੀ ਪਰ ਆਪਾਂ ਇਹ ਭਾਰਤ ਦੇ ਲੋਕ ਉਹ ਰੋਟੀ ਖਾਂਦੇ ਰਹੇ ਨੇ ਮੰਗਤਿਆਂ ਦੀ ਤਰ੍ਹਾਂ ਇਹਨਾਂ ਦੇ ਹੱਥ ਚੋਂ ਜੂਠਾ ਛਡਾਇਆ ਤੁਸੀਂ ਕਿਸਾਨਾਂ ਨੇ ਮੇਰੀ ਦੋਸਤੋ ਅੱਜ ਹੱਥ ਜੋੜ ਕੇ ਬੇਨਤੀ ਆ ਅਸੀਂ ਮੰਗ ਕੀਤੀ ਆ ਸਰਕਾਰ ਤੋਂ ਕਿ ਜੇਕਰ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਹੈ ਤਾਂ ਜੇ ਜੋ ਇੱਕ ਸ਼ਹਾਦਤ ਹੋਣ ਤੇ ਇੱਕ ਜਵਾਨ ਨੂੰ ਸਹੂਲਤ ਦਿੱਤੀ ਜਾਂਦੀ ਹੈ ਭਾਵੇਂ ਸਾਡੇ ਬੱਚੇ ਨੇ ਬਹੁਤ ਔਖਾ ਹੈ ਧੀਆਂ ਪੁੱਤ ਵੀ ਸਾਡੇ ਨੇ ਉਹਨਾਂ ਨਾਲ ਕੋਈ ਜੈਲਸੀ ਨਹੀਂ ਉਹਨਾਂ ਨਾਲ ਕੋਈ ਸਾਡਾ ਅੰਦਰੋਂ ਇਹ ਨਹੀਂ ਭਾਵ ਕਿ ਅਸੀਂ ਉਹਨਾਂ ਨੂੰ ਕਿਉਂ ਮਿਲ ਰਿਹਾ ਕਿਉਂਕਿ ਨਾ ਸਾਡੇ ਬੱਚੇ ਨੇ ਜਿਹੜੇ ਕਾਰਪੋਰੇਟ ਦੇ ਜਵਾਕ ਆ ਜਿਹੜੇ ਫੌਜ ਚ ਜਾਂਦੇ ਨੇ ਜਾਂ ਪੁਲਿਸ ਚ ਜਾਂਦੇ ਆ ਉਹ ਵੀ ਸਾਰੇ ਤੁਹਾਡੇ ਹੀ ਨੇ ਕਿਸਾਨ ਤੇ ਮਜ਼ਦੂਰ ਦੇ ਬੱਚੇ ਉੱਥੇ ਜਾਂਦੇ ਆ ਸੋ ਉਹਨਾਂ ਨੂੰ ਜੇਕਰ ਸਹੂਲਤ ਦੇਣ ਦੀ ਲੋੜ ਦੇਖੋ ਅੱਜ ਦਾ ਜੋ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜੋ ਕੱਲ ਸ਼ੁਭਕਰ ਸਿੰਘ ਖਨੌਰੀ ਬਾਰਡਰ ਦੇ ਉੱਤੇ ਸ਼ਹੀਦ ਹੋਇਆ ਹੈ ਉਸ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ
ਕਿਸਾਨੀ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਸਾਡਾ ਜੋ ਭਰਾ ਸ਼ਹੀਦ ਹੋਇਆ ਹੈ ਉਸਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਏਗਾ। ਜੀ ਨਹੀਂ, ਅਭੀ ਨਹੀਂ ਹੋਇਆ। ਆਜ ਦੇਖੋ ਜੋ ਪੋਸਟਮਾਰਟਮ ਕਰ ਰਿਹਾ ਹੈ ਉਸਕੇ ਬਾਅਦ ਕੱਲ੍ਹ ਕੋ ਜੋ ਫੈਸਲਾ ਆਏਗਾ ਉਸਕੇ ਹਿਸਾਬ ਸੇ ਹੀ ਜੋ ਜਥੇਬੰਦੀਓ ਕਾ ਹਮਾਰੇ ਜੋ ਆਗੂ ਹੈ ਵੋ ਕਰੇਂਗੇ ਉਸੀ ਕੇ ਹਿਸਾਬ ਸੇ ਹੋਗਾ ਜੀ। ਜੋ ਸੁਖਜਿੰਦਰ ਸਿੰਘ ਨਾਮ ਬਤਾ ਦੀਜੀਏ। ਸਰਦਾਰ ਜੰਗ ਸਿੰਘ ਸੂਬਾ ਪ੍ਰਧਾਨ। ਦੇਖੋ ਜੀ ਇਹਦੇ ਜਿਹੜਾ ਸੋਗ ਹੈ ਨਾ, ਸੋਗ ਦੇ ਕਰਕੇ ਅਸੀਂ ਇਹਦਾ ਪੈਦਲ ਯਾਤਰਾ ਕਰ ਰਹੇ ਹਾਂ ਤਾਂ ਇਸ ਕਰਕੇ ਮਤਲਬ ਇਹਦੀ ਯਾਦਗਿਰੀ ਮਨਾਈ ਜਾਏ ਕਰੇ ਹਰ ਸਾਲ। ਬਹੁਤ ਮਾੜਾ ਕਰਿਆ ਸਰਕਾਰਾਂ ਨੇ, ਇੱਕੋ ਲੋਤਾ ਪੁੱਤਰ ਤਾਂ ਜਿਹੜਾ ਮਤਲਬ ਇਹ ਸਰਕਾਰ ਨੇ ਗੋਲੀਆਂ ਮਾਰ ਕੇ ਮਾਰਤੇ। ਇਸ ਕਰਕੇ ਅਸੀਂ ਇਹਦਾ ਮੋਮਬੱਤੀਆਂ ਦੇ ਨਾਲ ਹਰਪ੍ਰੀਤ ਕੌਰ ਆਪਣੇ ਵੀਰ ਵਾਸਤੇ ਉਹਨੂੰ ਮਤਲਬ ਕਿ ਗੁਰਚਰਨਾਂ ਵਿੱਚ ਨਿਵਾਸ ਬਖਸ਼ਣ ਮਹਾਰਾਜ ਜੀ ਬਸ ਇਹਦੇ ਵਾਸਤੇ ਹੀ। ਇਹ ਸਰਕਾਰ ਨਾਲ ਬਹੁਤ ਧੱਕਾ ਕੀਤਾ, ਸਾਡੇ ਨੌਜਵਾਨ ਵੀਰ ਸ਼ਹੀਦ ਕਰ ਦਿੱਤੇ। ਖੱਟਰ ਸਰਕਾਰ, ਮੋਦੀ ਸਰਕਾਰ, ਇਹਨਾਂ ਨੇ ਸਾਡੇ ਤੇ ਜ਼ੁਲਮ ਨਾਸ਼ ਕੀਤਾ ਹੈ। ਇਹਨਾਂ ਦਾ ਇਹ ਪਾਪੀਆਂ ਦਾ ਰਹਿਣਾ ਕੱਖ ਨਹੀਂ। ਇਹਨਾਂ ਨਾਲ ਸਾਨੂੰ ਬਹੁਤ ਪਰੇਸ਼ਾਨ ਕੀਤਾ, ਸਾਡੇ ਮਜ਼ਦੂਰ ਭਾਈਆਂ ਨੂੰ, ਕਿਸਾਨ ਭਾਈਆਂ ਨੂੰ ਬਹੁਤ ਤੰਗੀ ਦਿੱਤੀ ਹੈ। ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੇ ਤੇ ਸਾਡਾ ਹੱਕ ਖੋ ਰਿਹਾ, ਸਾਡੀਆਂ ਜ਼ਮੀਨਾਂ ਖੋ ਰਿਹਾ। ਸਾਨੂੰ ਟਰੈਕਟਰ ਟਰਾਲੀਆਂ ਨੂੰ ਵੀ ਲਿਆਉਣ ਨਹੀਂ ਦੇ ਰਹੇ। ਸਾਨੂੰ ਕਦੇ ਅੱਤਵਾਦੀ ਕਹਿੰਦੇ ਆ, ਕਦੇ ਵੱਖਵਾਦੀ ਕਹਿੰਦੇ ਆ। ਅਸੀਂ ਨਾ ਅੱਤਵਾਦੀ ਹਾਂ ਨਾ ਵੱਖਵਾਦੀ ਹਾਂ, ਅਸੀਂ ਦੁਨੀਆਂ ਨੂੰ ਪਬਲਿਕ ਨੂੰ ਪੇਟ ਭਰਨੇ ਵਾਲੇ ਬੰਦੇ ਆ। ਸਾਡੇ ਤੇ ਜ਼ੁਲਮ ਹੱਤਿਆਚਾਰ ਸਾਡੇ ਤੇ ਹੋ ਰਿਹਾ ਆ। ਪਿੰਡ ਮੇਰਾ ਰੋੜ ਹੈ, ਜ਼ਿਲ੍ਹਾ ਲੁਧਿਆਣਾ, ਰਾਹੋਂ ਰੋਡ।